ਇਹ ਕਰ ਰਹੇ ਆਪਾਂ ਕੋਇਲਾ ਲੋਡ ਸੁਲਤਾਨ ਟਰਾਂਸਪੋਰਟ ਠੀਕ ਹੈ ਸੁਨਈਏ ਦੀਆਂ ਨੇ ਅਤੇ ਦੇਖਦੇ ਹਾਂ ਫਿਰ ਛੋਟਾ ਜਿਹਾ ਲੋਡ ਆ ਇਹ ਚੱਲ ਰਹੀ ਹੈ ਪੇਪਰ ਤਿਆਰ ਕਰਵਾਉਂਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਪੂਰੀ ਕੰਪਨੀ ਦਾ ਟੂਰ ਦੇਵਾਂਗੇ ਨਾਲੇ ਦੱਸਾਂਗੇ ਗੱਲਾਂ ਆ ਕੈਮੀਕਲ ਆ ਇੱਧਰ ਬਾਕੀ ਦਾ ਹੁਣ ਲੱਗੇ ਆਪਾਂ ਬੈਲਟਾਂ ਮਾਰਨ ਠੀਕ ਹੈ ਜੀ ਬੈਲਟਾਂ ਸਿਕਿਓਰ ਚੈੱਕ ਆਪਣਾ ਹੋਗਾ ਕੰਮ ਫਾਈਨਲ ਆ ਜਾਓ ਫਿਰ ਚੱਲਦੇ ਹਾਂ ਪੇਪਰ ਕਰਾਈਏ ਤਿਆਰ ਹੁਣ ਚੱਲੀਏ ਮਿੱਤਰੋ ਅਤੇ ਆਪਣਾ ਕੰਮ ਓਕੇ ਡਨ ਆ ਹੁਣ ਉਹ ਸਾਹਮਣੇ ਆਪਣੀ ਪੱਕੀ ਰਿਹਾਇਸ਼ ਆ ਰੂਮ ਨੇ ਅਤੇ ਆਪਣੀ ਕੰਪਨੀ ਆ ਯਾਰਡ ਆ ਇੱਧਰਲੀ ਸਾਈਡ ਆਪਣਾ ਹੈੱਡ ਆਫਿਸ ਆ ਇਹ ਹਾਲ ਆ ਠੀਕ ਆ ਅਤੇ ਬਾਕੀ ਬੈਂਗਲ ਗੋਡਾ ਚੱਲਦੇ ਆਪਾਂ ਲੰਚ ਟਾਈਮ ਹੋਇਆ ਵਾ ਅਤੇ ਆਪਣੇ ਵੀ ਕੰਪਨੀ 'ਚ ਹੋਇਆ ਵਾ ਅਤੇ ਜਿੱਥੇ ਜਾਣਾ ਅਤੇ ਸ਼ਾਇਦ ਉੱਥੇ ਵੀ ਲੰਚ ਟਾਈਮ ਹੀ ਹੋਊਗਾ ਇੱਕ ਘੰਟੇ ਦੀ ਬ੍ਰੇਕ ਹੈ ਆਪਾਂ ਇੰਨੇ ਚੱਲਦੇ ਹਾਂ ਹੌਲੀ ਹੌਲੀ ਆਪਾਂ ਵੀ ਨਾਸ਼ਤਾ ਵੀ ਨਹੀਂ ਕੀਤਾ ਅੱਜ ਸਵੇਰ ਦੇ ਨੇ ਉਹ ਕਰਾ ਲਿਆ ਆਪਣਾ ਜਾ ਕੇ ਉੱਥੇ ਪੇਪਰ ਪੂਪਰ ਤਿਆਰ ਕਰਾਉਂਦੇ ਹਾਂ ਫਿਰ ਭੱਜਦੇ ਆਪਾਂ ਨਿਕਲਦੇ ਹਾਂ ਠੀਕ ਹੈ ਜੀ ਅਤੇ ਇੱਥੇ ਆਪਣਾ ਉਹ ਸਾਹਮਣੇ ਡਿਸਪੈਂਚਰ ਬੈਠਦਾ ਉਹ ਇੱਕ ਅਤੇ ਫਿਰ ਆਪਾਂ ਚੱਲੀਏ ਪੇਪਰ ਕਰਾਈਏ ਤਿਆਰ ਅਤੇ ਆਪਣਾ ਹੈਗਾ ਦੂਜਾ ਟ੍ਰਿਪ ਇਹ ਦੱਸਾਂਗੇ ਤੁਹਾਨੂੰ ਆਪਾਂ ਸੁਲਤਾਨ ਬਾਰੇ ਹੋਰ ਵੀ ਬਹੁਤ ਕੁਛ ਠੀਕ ਹੈ ਕੰਪਨੀ ਕਿੱਦਾਂ ਕਿੱਦਾਂ ਨਹੀਂ ਮਤਲਬ ਫਿਰ ਇਹ ਗੱਲਬਾਤ ਹੈ ਜੀ ਪੇਪਰ ਕਰਾ ਲਏ ਓਕੇ ਅਤੇ ਨਾਲ ਹੀ ਆਪਣਾ ਅੱਜ ਏ ਟੀ ਐੱਮ ਵੀ ਆ ਗਿਆ ਅਤੇ ਕਰਦੇ ਹਾਂ ਫਿਰ ਆਪਾਂ ਓਪਨ ਅਤੇ ਫਿਰ ਐਕਟੀਵੇਟ ਕਰਦੇ ਹਾਂ ਇਹਨੂੰ ਠੀਕ ਹੈ ਇੱਧਰ ਆਪਣੀ ਆਹ ਵਰਕਸ਼ਾਪ ਹੈ ਸਰਵਿਸ ਸਟੇਸ਼ਨ ਪੂਰਾ ਆ ਜਾਓ ਬਈ ਹੁਣ ਚੱਲਦਾ ਬਸ ਆਉਣ ਦਾ ਵੇ ਆਪਣਾ ਮਿਊਜ਼ਿਕ ਚੱਲਦਾ ਜਿੱਥੇ ਸਟੋਪ ਆ ਜਾਣਾ ਇਹ ਆ ਗਿਆ ਆਪਣਾ ਆਪਣਾ ਗੁਲਾਬ ਦੀ ਗੱਡੀ ਕਰਦੇ ਦੱਸਦੇ ਹਾਂ ਫਿਰ ਤੁਹਾਨੂੰ ਦੱਸਦੇ ਹਾਂ ਚੱਲਦੇ ਹਾਂ ਲੈ ਕੇ ਸਾਰੇ ਵੇਅਰ ਹਾਊਸ ਨੇ ਇੱਧਰ ਬੜੇ ਘੈਂਟ ਵਧੀਆ ਬਣਾਇਆ ਵਾ ਸਾਫ ਏਰੀਆ ਬਿਲਡਿੰਗ ਅੱਛੀ ਆ ਆਪਾਂ ਪਹੁੰਚ ਕੇ ਦੇਖੋ ਗੇਟ ਅਤੇ ਆਪਾਂ ਲਾਉਂਦੇ ਹਾਂ ਬੈਗ
ਚੈੱਕ ਕਰਕੇ ਗੱਡੀ ਠੀਕ ਆ ਆਪਾਂ ਨੇ ਚੈੱਕ ਕਰਾ ਲਈਏ ਪੇਪਰ ਵੀ ਲਓ ਜੀ ਆਪਾਂ ਹੁਣ ਗੱਡੀ ਖਾਲੀ ਤਾਂ ਵੈਸੇ ਚਲੀ ਹੋ ਗਈ ਜੀ ਅੱਧੇ ਘੰਟੇ ਦੇ ਵਿੱਚ ਵਿੱਚ 20-25 ਮਿੰਟ ਦੇ ਵਿੱਚ ਵਿੱਚ ਗੱਡੀ ਖਾਲੀ ਕਰਤੀ ਸੀ ਇਹਨਾਂ ਨੇ ਅਤੇ ਆਪਣੀ ਗੱਡੀ ਦਾ ਚੱਕਰ ਇਹ ਪੈ ਗਿਆ ਸੀ ਵੀ ਟ੍ਰੇਲਰ ਦੀਆਂ ਪ੍ਰੈਸ਼ਰ ਪੈਪ ਲੀਕ ਹੋ ਗਈ ਸੀ ਅਤੇ ਟੁੱਟ ਗਈ ਜਦੋਂ ਨਵੀਂ ਪਾਈ ਉਹਦੇ ਬਾਅਦ ਫਿਰ ਟੁੱਟ ਗਈ ਸਰਵਿਸ ਆ ਗਈ ਜੀ ਆਪਣੀ ਅਤੇ ਕੰਪਨੀ ਦੀ ਉਹਦੇ ਕਰਕੇ ਹੁਣ ਨਵੀਂ ਪਾਈ ਆ ਬਟ ਫਿਰ ਵੀ ਨਹੀਂ ਹੋਇਆ ਹੁਣ ਬ੍ਰੇਕਰ ਲੀਕ ਕਰਾ ਕੇ ਸਲੈਕਟ ਕਰਕੇ ਹੁਣ ਚੱਲੀਆਂ ਹੌਲੀ ਹੌਲੀ ਲੈ ਕੇ ਚੱਲਿਆ ਬਸ ਆ ਕੇ ਕੰਮ ਕਰਾਉਂਦਿਆਂ ਫਿਰ ਘੰਟੇ ਅੱਧੇ ਘੰਟੇ ਦੇ ਵਿੱਚ ਵਿੱਚ ਆਪਣਾ ਉਹ ਵੀ ਕੰਮ ਆਉਣ ਦੇ ਬਾਅਦ ਫਿਰ ਸ਼ਾਇਦ ਪੋਰਟ 'ਤੇ ਮਿਲ ਜਾਵੇ ਲੋਡ ਆਈ ਥਿੰਕ ਅਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕੀ ਬਣਦਾ ਅੱਗੇ ਦੀ ਫਿਰ ਅੱਗੇ ਜਾ ਕੇ ਪਤਾ ਲੱਗੂਗਾ ਜੋ ਹੈ ਸੋ ਹੈ ਇਹ ਤਾਂ ਹੁਣ ਨਾਲ ਚੱਲਦਾ ਹੀ ਹੈ ਕੰਮ ਅਤੇ ਜਿੱਦਾਂ ਜਿੱਦਾਂ ਵੀ ਹੈ ਕਦੇ ਘਾਟਾ ਕਦੇ ਵਾਧਾ ਕਦੇ ਹੌਲੀ ਕਦੇ ਤੇਜ਼ ਅਤੇ ਕੰਮ ਉਹ ਕਰੋ ਜਿਹਦੇ ਵਿੱਚ ਤੁਹਾਨੂੰ ਖੁਸ਼ੀ ਮਿਲੇ ਅਤੇ ਜਿਹਦਾ ਤੁਹਾਨੂੰ ਸ਼ੌਂਕ ਹੋਵੇ ਜਨੂੰਨ ਹੋਵੇ ਅਤੇ ਫਿਰ ਉਹ ਕੰਮ ਦੇ ਵਿੱਚ ਜੇ ਕੋਈ ਟਰਬਲ ਵੀ ਆਊਗੀ ਤਾਂ ਤੁਹਾਨੂੰ ਤੁਸੀਂ ਸੈਡ ਨਹੀਂ ਹੋਵੋਗੇ ਜੇ ਹੋਵੋਗੇ ਵੀ ਜਾਂ ਇੰਨਾ ਨਹੀਂ ਹੋਵੋਗੇ ਅਤੇ ਉਹਦਾ ਸਲਿਊਸ਼ਨ ਤੁਹਾਨੂੰ ਆਪਣੇ ਆਪ ਹੀ ਮਿਲ ਜਾਣਾ ਅਤੇ ਇੱਦਾਂ ਕੋਈ ਹੋਊਗਾ ਨਹੀਂ ਹੁੰਦਾ ਹੈਗਾ ਕੰਮ ਉਹ ਕਰੋ ਜਿਹ 'ਚ ਖੁਸ਼ੀ ਮਿਲੇ ਅਤੇ ਦਿਲ ਨੂੰ ਸਕੂਨ ਮਿਲੇ ਅਤੇ ਚਲੋ ਫਿਰ ਆ ਜਾਓ ਮਿਲਦੇ ਆਪਾਂ ਸਿੱਧਾ ਵਰਕਸ਼ਾਪ ਜਾ ਕੇ ਠੀਕ ਆ ਕਣਕਾਂ ਅਤੇ ਇੱਕ ਦੋ ਕੰਮ ਹੋ ਕੀ ਏ ਟੀ ਐੱਮ ਦਾ ਐਕਟੀਵੇਟ ਕਰਵਾਉਣਾ ਸੀ ਉਹ ਵੀ ਰਹਿ ਗਿਆ ਚਲੋ ਕੋਈ ਗੱਲ ਨਹੀਂ ਅਤੇ ਫਿਰ ਦੇਖ ਲਾਂਗੇ ਤਾਂ ਮਸ਼ੀਨ 'ਤੇ ਆਪਾਂ ਨੇ ਕਰਾਉਣਾ 5 ਮਿੰਟ ਦਾ ਕੰਮ ਹੈ ਪੰਪ 'ਤੇ ਰੁਕੇ ਦੀ ਪੰਪ 'ਤੇ ਹੈ ਨਹੀਂ ਜੀ ਆਪਣੀ ਬੈਂਕ ਦਾ ਏ ਟੀ ਐੱਮ ਅਤੇ ਚਲੋ ਫਿਰ ਆ ਜਾਓ ਚੱਲੀਏ ਆਪਾਂ ਕੰਪਨੀ ਚੱਲ ਦੇਖੋ ਪਰਲੀ ਸਾਈਡ ਮੇਲਾ ਲੱਗਿਆ ਵਾ ਆਪਾਂ ਵੀ ਇਹ ਜਾਣ 'ਚ ਫਸੇ ਪਏ ਸੀ ਅਤੇ ਯੂ ਟਰਨ ਲੈ ਕੇ ਆਏ ਹਾਂ ਆਪਾਂ ਉਹਨਾਂ ਦੀ ਆਪਾਂ ਲੋਕੇਸ਼ਨ 'ਤੇ ਸੀ ਇੱਧਰ ਐਂਡ ਉੱਧਰ ਬਚਦੀ ਹੈ ਅਤੇ ਇੱਥੋਂ ਬਸ ਯੂ ਟਰਨ ਲੈ ਕੇ ਆਪਾਂ ਨੇ ਦੁਬਾਰਾ ਫਿਰ ਉੱਤੇ ਚੜ੍ਹ ਜਾਣਾ ਰੋਡ 'ਤੇ ਉਹਦੇ ਬਾਅਦ ਸਰਵਿਸ ਰੋਡ 'ਤੇ ਪੈ ਕੇ ਅਤੇ ਫਿਰ ਸਿੱਧੀ ਆਪਣੀ ਕੰਪਨੀ ਆਉਣੀ ਟਰਾਂਸਪੋਰਟ ਬਹੁਤ ਜਿਹੜੀ ਜਾ ਰਹੀ ਆ ਟੈਂਕੀ ਪੈਕਜਟ ਲੈ ਲੈਣਾ ਲੰਘ ਜਾਣਾ ਵੈਸੇ ਜੀ ਸਿੱਧਾ ਜਾਈਏ ਆਪਾਂ ਰੋਡ ਅਤੇ ਉਹ ਫਿਰ ਜਿਹੜੀ ਆਪਣਾ ਥੋੜ੍ਹਾ ਟਾਈਟ ਜਿਹਾ ਘੱਟ ਉੱਥੇ
ਰੱਖੀ ਆ ਰਾਤ ਨੂੰ 3 ਵਜੇ ਤੱਕ ਚੱਲੀ ਜਾਂਦਾ ਗੱਲੂ ਸਾਡਾ। ਉਹ ਵੀ ਕਹਿੰਦੇ ਨੇ ਕਹਿੰਦੇ ਸੋਚੇ ਕਰੋ ਯਾਰ ਸਾਨੂੰ ਵੀ 100 ਲੈਣ ਦੇ ਕਰੋ। 1500-2000 ਪਲੱਸ ਗੱਡੀ ਆ ਸੁਲਤਾਨ ਸੁਲਤਾਨ ਦੀ ਗੱਲੀ, ਬਾਕੀ ਜਿਹੜੀ ਉੱਦਾਂ ਖੜੀ ਆ ਸਾਈਡ ਸੂਡ 'ਤੇ ਲਿਓ ਗਿਣਤੀ 'ਚ ਨਹੀਂ ਕੋਈ। ਇੱਥੋਂ ਬੜੀ ਐਂਟਰ ਸਾਹਿਬ ਬਈ, ਅਤੇ ਇੱਧਰ ਆਪਣਾ ਹੈੱਡ ਔਫਿਸ ਤੁਸੀਂ ਦੇਖੀ ਜਦੋਂ ਦੱਸੀ ਜਦੋਂ ਫਲੈਟ ਬੈਡ ਹੀ ਨੇ। ਮੈਂ ਸੋਚ ਰਿਹਾ ਸੀ ਨਹੀਂ ਆਪਾਂ ਇੱਧਰੋਂ ਦੀ ਮਾਰਦੇ ਜੀ ਯੂਟਰਨ ਅਤੇ ਆਪਾਂ ਦੂਜੀ ਸਾਈਡ ਨੂੰ ਲੱਗ ਜਾਂਦੇ। ਅਤੇ ਚਲੋ ਆ ਜਾਓ ਹੁਣ ਤੁਹਾਨੂੰ ਮੈਂ ਡਿਸਪੈਂਸਰ ਵੀ ਦਿਖਾਈ। ਹੈਲੋ ਜੀ, ਇੱਧਰ ਸਾਰੀ ਆਪਣੀ ਹੁਣ ਪਾਰਕਿੰਗ ਇੱਕ ਖੁੱਲ੍ਹੋ ਜਿਹੜੇ ਸ਼ਾਮ ਇੱਧਰ ਆ ਟਾਇਰਾਂ ਵਾਲਾ ਡਿਪਾਰਟਮੈਂਟ ਆ ਗਿਆ, ਪੈਂਚਰਾਂ ਵਾਲਾ ਅਤੇ ਆ ਮਿਸਤਰੀਆਂ ਦਾ ਨਾਲ ਹੀ ਆ ਗਿਆ, ਮਕੈਨਿਕਾਂ ਦਾ ਸਾਰਾ ਡਿਪਾਰਟਮੈਂਟ ਇਹ ਆ ਮਕੈਨਿਕਾਂ ਦਾ, ਉਹ ਡੈਂਟਿੰਗ ਪੇਂਟਿੰਗ ਦਾ ਉਹ ਇੱਧਰ ਫੇਰ ਦੁਬਾਰਾ ਸਾਰਾ ਜੀ ਸਾਰਾ ਕੁਛ ਇੱਧਰ ਆ। ਇਲੈਕਟ੍ਰੀਸ਼ਨ ਦਾ ਜਿਹੜਾ ਇੱਧਰ ਬਾਹਰ ਵੀ ਕੰਮ ਕਰਦੇ ਨੇ, ਆ ਨਾਲ ਦੋ ਬੰਦੇ ਆਪਣੇ ਆ ਰਹੇ ਜਾਣ ਪਛਾਣ ਦੇ। ਇਹ ਇੱਧਰ ਲੱਗਦਾ ਕਪਤਾਨ ਅਤੇ ਇੱਧਰ ਲੱਗਦਾ ਕੁਲਦੀਪ, ਇਹ ਸੰਗਰੂਰ ਦਾ ਅਤੇ ਮੋਹਾਲੀ ਦਾ ਖਰੜ ਦਾ, ਅਤੇ ਦੋਨੇ ਬੰਦੇ ਨਵੇਂ ਆਏ ਨੇ, ਇਹਨਾਂ ਨੂੰ ਗੱਡੀਆਂ ਮਿਲ ਗਈਆਂ ਹੁਣ ਅਤੇ ਫਿਰ ਕੰਮ ਕੁੰਮ ਕਰਾਉਂਦੇ ਫਿਰਦੇ ਨੇ ਪਤੰਦਰ। ਅਤੇ ਉਹ ਸਾਰੇ ਮਜ਼ੀਦ ਮਦਰੀ ਮਦਰੀ ਸੁਧਾਨੀ ਇਕੱਠੇ ਹੋਏ ਹੋਏ ਨੇ ਵਰਕਸ਼ਾਪ ਦੇ, ਜਿਹੜੇ ਮੈਨੇਜਰ ਨੇ ਸੁਪਰਵਾਈਜ਼ਰ ਨੇ, ਅਤੇ ਜਿਹੜਾ ਛੇਤੀ ਛੇਤੀ ਕੰਮ ਕਰ ਦਿੰਦੇ ਨੇ, ਮਤਲਬ ਔਨ ਦੀ ਸਪੋਰਟ ਨਾਲ ਉਹ ਨਾਲ ਮਿੰਟੋ ਮਿੰਟ ਜਿਹੜਾ ਕੰਮ ਆਉਣ ਵਾਲਾ ਹੁੰਦਾ ਹੈ ਇੱਥੇ ਕਰ ਦਿੰਦੇ ਨੇ। ਅਤੇ ਆਪਾਂ ਇਸ ਕਰਕੇ ਇੱਥੇ ਹੀ ਕੰਮ ਕਰਾਵਾਂਗੇ, ਅਤੇ ਥੋੜ੍ਹਾ ਕੰਮ ਹੈ ਅਤੇ ਛੋਟਾ ਕੰਮ ਹੈ। ਅਤੇ ਬਾਕੀ ਦੇਖਦੇ ਹਾਂ ਕੀ ਕਿਹਦੇ ਰਿਹਾ ਕੀ ਟਾਈਮ ਲੱਗਦਾ। ਚਲੋ ਫਿਰ ਠੀਕ ਹੈ ਜੀ, ਮੈਂ ਉੱਪਰ ਜਾਤਾ ਹੂੰ ਜਾਂ ਤੂੰ ਉੱਪਰ ਚੱਲ ਜਾ, ਮੇਰੇ ਕੋਲ ਸੇਫਟੀ ਲਾਈਟ ਪਕੜਾ ਦੇਗਾ ਨਹੀਂ ਪੀਛੇ ਫੇਸ ਏ ਸਨਰੂਫ ਖੋਲ ਕੇ, ਠੀਕ ਆ ਮੈਂ ਜਾਤਾ ਹੂੰ। ਆਹ ਦੇਖੋ ਜੀ ਆਪਾਂ ਪਵਾਈ ਤੀ ਪ੍ਰੈਸ਼ਰ ਪੈਪ ਨਵੀਂ, ਅਤੇ ਇਹਦੇ 'ਚੋਂ ਹੁਣ ਇਹ ਲੈ ਬਿਜਲੀ ਸਪਲਾਈ ਆ ਪੈਪ ਨਿਕਲ ਗਿਆ ਸੀ ਅਤੇ ਫਿਰ ਡਾਇਰੈਕਟ ਕਰਕੇ ਲਿਆਂਦਾ, ਅਤੇ ਹੁਣ ਚੜਾਇਆ ਇਹ ਮਿਸਤਰੀ ਅਤੇ ਮਕੈਨਿਕ ਨੇਪਾਲੀ ਆ, ਅਤੇ ਹੁਣ ਦੇਖਦੇ ਹਾਂ ਕੀ ਬਣਦਾ ਇਹਦਾ। ਇਹ ਵੀ ਸੋਚਾਂ 'ਚ ਪੈ ਗਿਆ, ਚਲੋ ਕਰਦੇ ਹਾਂ ਆਪਰੇਸ਼ਨ ਇਹਦਾ ਕੀ ਬਣਦਾ ਫਿਰ। ਓਕੇ ਕਰਕੇ ਲੋਡ ਕਰਕੇ ਫਿਰ ਹੀ ਮਿਲਦੇ ਹਾਂ, ਠੀਕ ਹੈ। ਹਾਂਜੀ ਹੁਣ ਆਪਾਂ ਨਿਕਲੇ ਜੀ ਵਰਕਸ਼ਾਪ 'ਚੋਂ ਕੰਪਨੀ 'ਚੋਂ, ਅਤੇ ਉਹ ਦੁਬਾਰਾ ਫਿਰ ਮਸਲਾ ਆੜ ਗਿਆ ਜੀ, ਪੈਪ ਦੁਬਾਰਾ ਫਿਰ ਪਾਈ ਦੁਬਾਰਾ ਟੁੱਟ ਗਈ ਉਹ, ਅਤੇ ਫਿਰ ਹੁਣ ਦੁਬਾਰਾ ਪੈਪ ਨਵੀਂ ਪਵਾਈ ਅਤੇ ਸਾਰਾ ਚੇਂਜ ਹੀ ਕੀਤੀ ਉਹ ਸੈੱਟ ਪੂਰਾ ਕੰਪਲੀਟ। ਅਤੇ ਹੁਣ ਆਪਾਂ ਚੱਲੇ ਹਾਂ ਐਮਟੀ 20 ਫੁੱਟਾ ਕੰਟੇਨਰ ਜਮ੍ਹਾਂ ਕਰਾਉਣ ਪੋਰਟ 'ਤੇ, ਅਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਨੂੰ ਦੁਬਾਰਾ ਫਿਰ ਪੋਰਟ ਤੋਂ ਲੋਡ ਮਿਲ ਗਿਆ, ਅਤੇ ਉੱਥੋਂ ਆਪਾਂ ਪਿਕਅਪ ਚੱਕਣੀ ਹੈ ਅਤੇ ਫਿਰ ਆਪਾਂ ਦੁਬਾਰਾ ਕੰਪਨੀ 'ਚ ਪਹੁੰਚਣਾ। ਫਿਰ ਸਵੇਰੇ ਮਿਲੂਗਾ ਸ਼ਾਇਦ, ਦੱਸਣਗੇ ਵੀ ਕਿੱਥੇ ਡਿਲੀਵਰ ਕਰਨਾ, ਅਤੇ ਫਿਰ ਦੱਸਾਂਗੇ ਤੁਹਾਨੂੰ ਕਿੱਦਾਂ, ਠੀਕ ਹੈ। ਚਲੋ ਮਿਲਦੇ ਹਾਂ ਫਿਰ ਪੋਰਟ 'ਚ ਜਾ ਕੇ, ਅਤੇ ਕੀ ਬਣਦਾ ਨਹੀਂ ਫਿਰ ਅੱਜ ਲਾਸਟ ਵੀਡੀਓ ਇੱਥੇ ਹੀ ਕਰ ਦਾਂਗੇ ਆਪਾਂ ਐਂਡ, ਠੀਕ ਹੈ। ਅਤੇ ਚਲੋ ਮੇਰੇ ਵੀਰਿਓ ਹੁਣ ਲੁਧਰਾਣੇ ਚੱਲੇ ਹਾਂ ਪੋਰਟ 'ਤੇ ਨੂੰ, ਅਤੇ ਦੇਖੋ ਕੀ ਬਣਦਾ ਅੱਗੇ ਕੱਲ੍ਹ ਦੀ ਸਵੇਰ 'ਤੇ। ਇੱਥੇ ਜਿਹੜੇ ਆ 3 ਲਾਈਨਾਂ ਬਣੀਆਂ ਵੀ ਨੇ, ਇੱਥੇ ਆਪਾਂ ਲਾ ਕੇ ਕੰਟੇਨਰ ਚੈੱਕ ਕਰਾਉਣਾ ਹੈ ਵੀ ਕਿਤੋਂ ਡੈਮੇਜ ਤਾਂ ਨਹੀਂ ਹੈਗਾ,
ਤੇ ਕਿੱਦਾਂ 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 ਨਹੀਂ, ਉੱਥੇ ਬੰਦਾ ਆਊਗਾ ਅਤੇ ਆ ਕੇ ਚੈੱਕ ਕਰੂਗਾ, ਫਿਰ ਓਕੇ ਦੀ ਰਿਪੋਰਟ ਕਰੂਗਾ ਅਤੇ ਉਸ ਤੋਂ ਬਾਅਦ ਆਪਾਂ ਨੂੰ ਸਲਿੱਪ ਮਿਲੂਗੀ ਅਤੇ ਸਲਿੱਪ ਲਿਜਾ ਕੇ ਆਪਾਂ ਆਹ ਜਿਹੜਾ ਲਿਫਟਰ ਖੜ੍ਹਾ ਹੈ ਲਿਫਟਰ ਨੂੰ ਦੇਣੀ ਹੈ ਅਤੇ ਲਿਫਟਰ ਨੇ ਚੱਕ ਕੇ ਕੰਟੇਨਰ ਲਾ ਦੇਣਾ ਆਪਣੇ ਨੰਬਰ 'ਤੇ। ਉਸ ਤੋਂ ਬਾਅਦ ਫਿਰ ਆਪਾਂ ਨੇ ਨਿਕਲ ਜਾਣਾ ਬਸ, ਐਗਜ਼ਿਟ ਮਾਰ ਦੇਣਾ। ਉਸ ਤੋਂ ਬਾਅਦ ਫਿਰ ਪੋਰਟ 'ਤੇ ਮਿਲਦੇ ਹਾਂ ਆਪਾਂ। ਓਕੇ ਜੀ, ਆਹ ਸਾਰਾ ਇਧਰਲੀ ਸਾਈਡ ਸਮੁੰਦਰੀ ਸਮੁੰਦਰ, ਜਿਹੜੀਆਂ ਲਾਈਟਾਂ ਦਿਖ ਰਹੀਆਂ ਨੇ ਇਧਰਲੀ ਸਾਈਡ ਪੂਰਾ ਸਮੁੰਦਰੀ ਆ। ਚੈੱਕ ਕਰ ਲਿਆ ਇੱਧਰ, ਇੱਥੇ ਤਾਂ ਚੱਲ ਫਿਰ ਵੀ ਜਾਮ ਸੁਖੀ ਆ। ਹੁਣ ਇੱਕ ਦੂਜਾ ਪੇਪਰ ਲੈ ਕੇ ਆਉਣਾ ਪੈਣਾ ਇਹ ਆਪਣੀ ਕੰਪਨੀ ਦਾ, ਇਹਨਾਂ ਦੇ ਉੱਧਰ ਆਫਿਸ 'ਚੋਂ ਮਿਲੂਗਾ ਇਹ। ਅਤੇ ਗਲੋਬ 'ਤੇ ਮੈਂ ਫਸਟ ਵਾਰ ਆਇਆ, ਸਾਹਮਣੇ ਵਾਲੇ ਮੋਹੀਦੀਪ 'ਤੇ ਤਾਂ ਮੈਂ ਆ ਲਿਆ ਅਤੇ ਉੱਧਰ ਵੀ ਆ ਲਏ ਵੈਸਟ ਦੇ, ਉੱਥੇ ਬਾਹਲਾ ਲੋਕ ਪੀਂਦੇ ਨੇ ਉਹ। ਅਤੇ ਕਈ ਕਈ ਜਗ੍ਹਾ 'ਤੇ ਤਾਂ ਸੇਫਟੀ ਵੀ ਪੂਰੀ ਫੁੱਲ ਮੰਗਦੇ ਨੇ, ਅਤੇ ਜੈਕਟ ਟੋਪੀ ਸ਼ੂਜ਼ ਪੂਰਾ। ਫਿਰ ਐਂਟਰਸ ਹੁੰਦੇ ਨੇ ਆ ਅਤੇ ਨਹੀਂ ਫਿਰ ਗੱਡੀ ਬਾਹਰ ਕਰ ਦਿੰਦੇ ਨੇ, ਉੱਥੇ ਮੁਸ਼ਕਲ ਨਾਲ ਦਿੱਕਤ ਨਾਲ ਵੇਟ ਕਰਕੇ ਨੰਬਰ ਆਉਂਦਾ। ਉਸ ਤੋਂ ਬਾਅਦ ਫਿਰ ਬਾਹਰ ਕੱਢ ਦਿੰਦੇ ਨੇ, ਨਹੀਂ ਫਿਰ ਮੈਂ 2 ਵਾਰ ਫਸਟ ਫਸਿਆ ਉੱਥੇ ਵੈਸਟ ਗਰੁੱਪ 'ਤੇ। ਬਾਹਲਾ ਜ਼ਿਆਦਾ ਗੰਦਾ ਯਾਰ, ਉਹਦੇ ਨਾਲ ਤਾਂ ਨਾ ਖਿੱਚ ਚੜ੍ਹਦੀ ਆ। ਹੈਗਾ ਛੋਟਾ ਇਹ ਅਤੇ ਇੱਦਾਂ ਦੇ ਉਹ ਪੋਰਟ ਵੀ ਛੋਟਾ, ਉਹਦਾ ਯਾਰਡ ਵੀ ਛੋਟਾ, ਅਤੇ ਉੱਦਾਂ ਜਦੋਂ 20-20 ਫੁੱਟੇ ਜਾਂਦੇ ਨੇ ਉੱਥੇ ਉਹ ਬਾਹਲੇ ਜ਼ਿਆਦਾ ਲੂਹ ਪੀਂਦੇ ਨੇ। ਅਤੇ ਇੱਥੋਂ ਲੈਂਦੇ ਹਾਂ ਆਪਾਂ, ਦੇਖੀਏ ਕਿਹੜਾ ਕਾਊਂਟਰ ਖੁੱਲ੍ਹਾ ਇਹਨਾਂ ਦਾ, ਓਪਨ ਹੈ। ਹਾਏ ਚਲੋ ਠੀਕ ਹੈ ਜੀ, ਆਪਾਂ ਲੈ ਲਈਏ। ਐਕਸਕਿਊਜ਼ ਮੀ ਭਈਆ, ਇੱਦਾਂ ਚੱਕ ਲੈਂਦੇ, ਬਹੁਤ ਪਾਵਰ ਹੈ ਜੀ ਲਿਫਟਰ ਦੀ। 1, 2, 3, 4 ਇੱਕੇ ਦੇ ਉੱਪਰ ਹਲੇ ਹੋਰ ਰਹੇਗਾ, 5-5 ਲਾਉਂਦੇ ਹਾਂ। 20-20 ਫੁੱਟੇ ਨੇ ਆਪਣੇ, ਸੋਰੀ 40 ਫੁੱਟੇ ਕੰਟੇਨਰ ਆਪਣੇ ਲਵੇ 20 ਫੁੱਟ ਹੈ। ਅਤੇ ਕਹਿੰਦਾ ਦੂਜੀ ਲਾਈਨ 'ਚ ਜਾਣਾ ਪੈਣਾ ਹੈ, ਅਤੇ ਹੁਣ ਆਪਾਂ ਨੂੰ ਵੇ ਹੋਣਾ ਪੈਣਾ। ਠੀਕ ਹੈ ਚਲੋ ਫਿਰ ਚੱਲੀਏ। ਘੰਟਾ ਹੋਰ ਲੇਟ ਸੋ ਜਾਵਾਂਗੇ, ਇਹੀ ਹੋ ਸਕਦਾ ਬਾਤ। ਹੋਰ ਕਿਆ, ਜਦੋਂ ਜਿਹੜੇ ਕੰਮ ਦਾ ਰੱਬ ਨੇ ਟਾਈਮ ਦਿੰਦੇ ਆ ਪਰਮਾਤਮਾ ਨੇ, ਉਹ ਟਾਈਮ 'ਤੇ ਕਰੋ ਚੈੱਕ ਤੁਸੀਂ। ਦੀਵੇ ਜਗਦੇ ਹੁੰਦੇ ਨੇ, ਤਰਦੇ ਹੁੰਦੇ ਨੇ, ਕਿਉਂ ਯਾਰ 'ਚ ਅਤੇ ਜਾ ਕੇ ਉੱਥੇ ਕਰਦੇ ਹਾਂ ਵਾਰਤਲਾਪ ਤੁਹਾਡੇ ਨਾਲ। ਅਤੇ ਬਸ ਮੈਂ ਵੀ ਇੱਥੋਂ ਟਰਨ ਮਾਰਨਾ ਲੈਫਟ, ਅਤੇ ਫਿਰ ਸਿੱਧਾ ਆਪਣੀ ਯਾਰ 'ਚ। ਇੱਥੇ ਨਾ ਇਹ ਮੱਛੀਆਂ ਫੜਦੇ ਨੇ ਸਾਲੇ, ਅਤੇ ਨਾਲੇ ਫਨ ਸ਼ਨ ਕਰਦੇ ਨੇ, ਸੋਦੀ ਸੁਦੀ ਨੇ ਆ ਦੇਖੋ ਇਹ ਇੱਧਰ ਮੱਛੀਆਂ ਮੱਛੀਆਂ ਫੜ ਲਾਉਂਦੇ ਨੇ ਸਾਰੇ, ਪੰਚੇ ਵਿੱਕੀ ਜਾਂਦੇ ਨੇ, ਫਿਰ ਵਿਕਣੇ ਨਹੀਂ ਹਨੇਰੇ 'ਚ ਇਹ। ਰਾਤ ਲੱਗਦਾ ਹੀ ਰਹਿੰਦਾ ਖੇੜਾ, ਟੋਲੇ ਵਾਲੇ ਵੀ ਇੱਧਰ ਫਿਸ਼ ਫੁਸ਼ ਲੈਣ ਨੂੰ ਖੜ੍ਹੇ ਨੇ, ਅਤੇ ਸਮੁੰਦਰੀ ਫਿਸ਼ ਆ ਬਿਲਕੁਲ ਕਿਨਾਰੇ 'ਤੇ ਆ ਇਹ, ਇੱਧਰ ਵੀ ਹੈ।
ਕਰਨ ਉਹਨੂੰ ਵੇਚਦਾ ਅਤੇ ਟਾਈਮ ਹੀ ਨਹੀਂ ਹੈਗਾ ਹੁੰਦਾ ਟਾਈਮ ਉੱਤੇ ਫਿਰ ਬਣਾ ਲਈਦਾ ਲਾ ਦੀਦਾ ਤੜਕਾ ਹੁਣ ਆ ਗਈ ਆਪਣੀ ਸਾਹਮਣੇ ਯਾਰਡ ਉਹ ਉੱਥੋਂ ਜਾ ਕੇ ਆਹ ਛੱਡ ਕੇ ਇਹਤੋਂ ਅੱਗੇ ਜਾ ਕੇ ਰਾਈਟ ਹੈਂਡ ਹੋ ਜਾਣਾ ਆਪਾਂ ਨੇ ਚਲੋ ਠੀਕ ਹੈ ਸਰ ਆਜੋ ਆਹ ਸਾਰਾ ਸਮੁੰਦਰੀ ਆ ਹੋਰ ਕਿਆ ਉੱਧਰਲੀ ਸਾਈਡ ਸ਼ਹਿਰ ਆ ਸਿਟੀ ਆ ਸਾਰੀ ਚਲੋ ਠੀਕ ਆ ਫਿਰ ਮਿਲਦੇ ਹਾਂ ਮਿੱਤਰੋ ਪੋਰਟ 'ਚ ਯਾਰ ਚਲੋ ਦੇਖਦੇ ਹਾਂ ਕਰਦੇ ਹਾਂ ਜੁਗਾੜ ਕੋਈ ਨਾ ਕੋਈ ਥੋੜ੍ਹਾ ਤੁਹਾਨੂੰ ਹੋਰ ਦਿਖਾਵਾਂ ਜੇ ਬਣ ਜੇ ਗੱਲ ਵੈਸੇ ਮੈਨੂੰ ਲੱਗਦਾ ਨਹੀਂ ਕਿ ਬਣੂ ਗੱਲ ਜੋ ਅਤੇ ਮੈਂ ਬਹੁਤ ਲੈ ਬਸ ਉੱਦਾਂ ਹੀ ਸਵਾਦ ਨੂੰ ਮਾੜਾ ਮੋਟਾ ਵੀਡੀਓ ਸ਼ੂਟ ਕਰ ਲਈ ਦੀ ਆ ਇੰਨਾ ਟਾਈਮ ਹੀ ਨਹੀਂ ਹੈਗਾ ਰੋਟੀ ਤਾਂ ਸਾਲੀ ਹੁਣ ਖਾਧੀ ਹੈ ਸਵੇਰ ਦਾ ਨਾਸ਼ਤਾ 3 ਵਜੇ 2:30 ਵਜੇ ਖਾਧਾ ਅਤੇ ਰਾਤ ਦੁਪਹਿਰ ਦੀ ਰੋਟੀ ਕਦੋਂ ਖਾਣੀ ਹੈ ਅਤੇ ਰਾਤ ਦੀ ਕਦੋਂ ਖਾਣੀ ਹੈ ਅਤੇ ਉਹ ਦੇਖ ਲਾ ਹਾਂਜੀ ਪਾ ਲਓ ਠੀਕ ਹੈ ਚਲੋ ਠੀਕ ਆ ਮਿੱਤਰੋ ਜਿਉਂਦੇ ਵੱਧਦੇ ਰਹੋ ਪਹਿਲੀ ਉਹ